हमें कमांड करनी है कि ये स्वेप्ट ब्लेंड। ब्लेंड की दीजिए स्वेप्ट ब्लेंड। स्वेप्ट ब्लेंड वास्ते सानू की करना पड़ना, तो पहले स्केच बनाना होगा। ठीक ओके कीता, इंसर्ट स्वेप्ट ब्लेंड सॉलिड सरफेस सिलेक्ट, एज सिलेक्ट की सेक्शन, तो सेक्शन वन कितने बनाना मतलब जी इसमें स्केच इतने सेक्शन वन। फिर इंसर्ट आवान तक क्लिक किया, जी चीज तुम चाहते थे वो ये बनूगी। हूँ मैं की कर सकता दो सैक्शन देने पैणगे, स्कैच देने पैणगे उस पर भी। हाँ स्कैच बना लिया, ये मैं एक पॉइंट भी लगा लिया। पॉइंट बने इंसर्ट स्वेप्ट ब्लेंड कर सिलेक्ट, अलग अलग सैक्शन बना लगे चौरस होगा तो चार बना दो तीन बना दो जिन्हें मर्ज। ऑलरेडी सैक्शन बनाया हुआ ये ऑप्शन है ना सिलेक्ट करने का बने हुए ਇਹ ਤਾਂ ਬਣਾ ਸਕਦਾ। ਉਹੀ ਤਾਂ ਮੈਂ ਕਹਿ ਰਿਹਾ ਜਿਹੜੀ ਤੁਸੀਂ ਗੱਲ ਚਾਹੁੰਦੇ ਸੀਗੇ ਉਹ ਇਹ 'ਚ ਪੋਸੀਬਲ ਹੈ। ਸਰਫੇਸ ਬਣਾ ਕੇ ਆਪਾਂ ਸਕੈਚ ਬਣਾਇਆ ਹੈ ਪਹਿਲੇ। ਆਹ ਦੇਖੋ ਨਾ ਸਿਲੈਕਟ ਸੈਕਸ਼ਨ, ਸਿਲੈਕਟ ਸੈਕਸ਼ਨ ਕਰਾਂਗੇ ਸਿਲੈਕਟ ਹੋ ਜਾਣਾ। ਹੁਣ ਜੇ ਰੋਟੇਸ਼ਨ ਨੂੰ 60 ਡਿਗਰੀ ਕਰ ਦੂੰਗਾ
ਇੱਕ ਪਾਸਾ ਘੁੰਮ ਗਿਆ, ਸਕੈਚ ਹੀ ਘੁੰਮ ਗਿਆ ਸਾਡੀ ਜਿਹੜਾ ਸਿਲੈਕਟ ਕਰਕੇ ਜਿਹਨੂੰ ਡਿਗਰੀ ਦੇਵਾਂਗੇ ਸੈਕਸ਼ਨ ਤੋਂ। ਹਾਂ ਨੈਕਸਟ ਕਮਾਂਡ ਹੈਗੀ ਸਾਡੇ ਕੋਲ ਬਾਉਂਡਰੀ ਬਲੈਂਡ। ਹੁਣ ਜਿਹੜਾ ਸਵੀਪ ਸੀਗਾ ਉਹਦੇ ਵਿੱਚ ਇੱਕ ਸੈਕਸ਼ਨ ਸੀਗਾ, ਇੱਕ ਟ੍ਰਜੈਕਟਰੀ ਸੀਗੀ। ਬਲੈਂਡ ਦੇ ਵਿੱਚ ਬਹੁਤ ਸਾਰੇ ਸੈਕਸ਼ਨ ਸੀਗੇ, ਸਵੈਪ ਬਲੈਂਡ ਦੇ ਵਿੱਚ ਇੱਕ ਟ੍ਰਜੈਕਟਰੀ, ਬਹੁਤ ਸਾਰੇ ਸੈਕਸ਼ਨ। ਅਤੇ ਬਾਉਂਡਰੀ ਬਲੈਂਡ ਦੇ ਵਿੱਚ ਜਿੰਨੇ ਮਰਜ਼ੀ ਸੈਕਸ਼ਨ ਅਤੇ ਜਿੰਨੇ ਮਰਜ਼ੀ ਪ੍ਰੋਜੈਕਟਰੀ ਗਾਈਡ ਕਰ। ਜਿੱਦਾਂ ਮੈਂ ਕੀ ਕਰਦਾ, ਇੱਕ ਸਕੈਚ ਬਣਾ, ਜਿੱਦਾਂ ਬੋਤਲ ਨਹੀਂ ਹੁੰਦੀ ਮਾਊਸ ਬਣਾਉਣਾ, ਹਾਂ ਮਾਊਸ ਇਹਦੇ ਨਾਲ ਹੀ ਬਣੇਗਾ। ਕਿਹਨੇ ਸਿਖਾਈ ਸੀ ਕੋਈ? ਇੱਕ ਹੋਰ ਸੈਕਸ਼ਨ ਬਣਾ ਲਿਆ, ਇੱਕ ਪਲੇ ਨੂੰ ਹੋਰ ਬਣਾ ਲੈਣ। ਮੈਨੂੰ ਥੱਲਿਓ ਕਹਿ ਰਿਹਾ ਸੀ ਇਹਦੇ ਵਿੱਚ ਉਹ ਚੱਕਰ ਨਹੀਂ ਹੈਗਾ। ਮੇਰੇ ਕੋਲ ਤਿੰਨ ਸੈਕਸ਼ਨ ਆ, ਮੈਂ ਇੱਥੇ ਸਕੈਚ ਬਣਾ। ਅਤੇ ਪੁਆਇੰਟ ਨੂੰ ਮੈਂ ਰੈਫਰੈਂਸ ਲੈ ਲਿਆ ਤਾਂ ਕਿ ਉਹਦੇ ਨਾਲ ਜੁੜ ਜਾਵੇ। ਜੇ ਇਹੋ ਜਿਹਾ ਵੀ ਪਾਰਟ ਬਣਾ ਲੈਣਾ, ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰੀਕੇ ਦਾ ਆਪਾਂ ਸਕੈਲਟਨ ਬਣਾ ਤਾ। ਆਪਾਂ ਵਿੱਚ ਵੀ ਬਣਾ ਸਕਦੇ ਹਾਂ ਮਰਜ਼ੀ ਹੈ। ਸੋ ਆਹ ਬਾਉਂਡਰੀ ਬਲੈਂਡ ਇੱਕ ਸੈਕਸ਼ਨ, ਕੰਟਰੋਲ ਦਬਾ ਕੇ ਇੱਕ ਸੈਕਸ਼ਨ, ਹੁਣ ਸਾਰੀ ਕਰਵ ਨੂੰ ਬਣ ਗਈ। ਇਹਨੂੰ ਮੈਂ ਮਿਰਰ ਵੀ ਕਰ ਸਕਦਾ, ਹਾਲੇ ਤੱਕ ਸਰਫੇਸ ਹੈ।
ਟੁੱਟ ਕਰ ਤੇ ਜਾਂਦੀ ਹੈ ਲਾਈਨ ਉਹ ਇੱਦਾਂ ਹੀ ਹੈ ਥੱਲੇ ਜਿਹੜੀ ਉਹਨੂੰ ਟ੍ਰੈਜੈਕਟਰੀ ਮਿਲਦੀ ਹੈ ਆਪਾਂ ਇੱਥੇ ਚੇਂਜ ਕਰ ਦਾਂਗੇ ਤਾਂ ਆਪਣੇ ਆਪ ਸਿਲੈਕਟ ਕਰ ਲਈ ਸਿਲੈਕਟਡ ਹੈ ਸਕੈਚ 6 ਐਡਿਟ ਜੇ ਫੇਲ ਹੋ ਜਾਵੇ ਤਾਂ ਤੁਸੀਂ ਸਕੈਚ ਸਹੀ ਬਣਾਇਆ ਨਹੀਂ ਤਾਂ ਗਲਤ ਥੱਲੇ ਉਹ ਫੇਲ ਕਰ ਕੰਟਰੋਲ ਦਬਾ ਕੇ ਇਹਨੂੰ ਵੀ ਜਿਹੜਾ ਡੋਟਡ ਪੋਰਸ਼ਨ ਹੈ ਉਹ ਬਚੂਗਾ ਬਾਕੀ ਬਦਲ ਜੂਗਾ ਐਡਿਟ ਸਾਰੇ ਹੁਣ ਜੇ ਆਪਾਂ ਇਹਨੂੰ ਬਾਹਰ ਬਣਾ ਕੇ ਦੇਖਾਂਗੇ ਤਾਂ ਵਾਈਟ ਸਕੈਚ ਟੂ ਹਾਈਡ ਕਰ ਸਾਡੇ ਕੋਲ ਵੇਰੀਏਬਲ ਸੈਕਸ਼ਨ ਸਵੀਪ ਵੀ ਹੈਗੀਆਂ ਵੇਰੀਏਬਲ ਸੈਕਸ਼ਨ ਸਵੀਪ ਦੇ ਵਿੱਚ ਕੀ ਹੈ ਬਹੁਤ ਸਾਰੀਆਂ ਟ੍ਰਜੈਕਟਰੀਆਂ ਅਤੇ ਇੱਕ ਸੈਕਸ਼ਨ ਜਿੱਦਾਂ ਇਹ ਸਾਈਕਲ ਦੇ ਮੁੱਠਾ ਨਹੀਂ ਹੁੰਦਾ ਕੋਈ ਵੀ ਚੀਜ਼ ਫੜਨ ਵਾਲੀ ਇਹਦੇ ਵਾਸਤੇ ਵੀ ਮੈਨੂੰ ਪਹਿਲਾਂ ਸਕੈਚ ਬਣਾਉਣਾ ਪੈਣਾ ਵਿੱਚ ਵਾਲੀ ਲਾਈਨ ਸਟਰੇਟ ਇੱਕ ਸਟਰੇਟ ਵੀ ਬਣਾਉਣੀ ਪੈਣੀ ਮੈਂ ਤਿੰਨ ਸਕੈਚ ਬਣਾ ਲਏ ਚਾਹੁੰਦਾ ਤਾਂ ਮੈਂ ਅਲੱਗ ਅਲੱਗ ਬਣਾ ਸਕਦਾ ਸੀ ਇਕੱਠੇ ਵੀ ਬਣਾ ਅਸੂਲ ਤਾਂ ਇਹ ਕਹਿੰਦੇ ਅਲੱਗ ਅਲੱਗ ਬਣਾਓ ਸੋਲਿਡ ਬਣਨਾ ਸਰਫੇਸ ਪਹਿਲਾਂ ਵਿੱਚ ਵਾਲੀ ਤਰਫ ਸਿਲੈਕਟ ਕਰਨੀ ਫਿਰ ਕੰਟਰੋਲ ਦਵਾ ਕੇ ਬਾਕੀ ਦੀ ਆ ਜਿਹੜੇ ਪੁਆਇੰਟ ਆ ਰਹੇ ਇਹਨਾਂ ਨੂੰ ਟੱਚ ਕਰਦਾ ਹੋਇਆ ਸੈਕਸ਼ਨ ਬਣਾਉਣਾ ਜਿੱਦਾਂ ਹੁਣ ਟੱਚ ਨਹੀਂ ਹੋਇਆ ਤਾਂ ਗੜਬੜ ਹੋ ਜੂ ਅੱਛਾ ਇਹ ਵਿੱਚ ਉਹਦੇ ਵਿੱਚ ਸੀਡੀਆਂ ਦੇ ਡਰਾਇੰਗਾਂ ਦੇ ਵਿੱਚ ਸੀਗੀ ਇੱਕ ਉਹ ਸੋਲਿਡ ਵਰਕਸ
ਜੇ ਉਹਨਾਂ ਨੇ ਟੱਚ ਨਹੀਂ ਹੋਇਆ ਸੀ ਇਹ ਲੋਕ ਪੁਆਇੰਟ ਚੱਕ ਕੇ ਨਹੀਂ ਉੱਥੇ ਰੱਖਤਾ ਵੇ ਡਾਕਟਰ ਸਾਹਿਬ ਜੀ ਬੇਟਾ ਆਪਾਂ ਪਹਿਲੀ ਵਾਰੀ ਕਰ ਰਹੇ ਹਾਂ ਅੱਜ ਪਹਿਲੀ ਵਾਰੀ ਕਰ ਰਹੇ ਹਾਂ ਨਾ ਇਸ ਕਰਕੇ ਮੈਂ ਤਾਂ ਸਭ ਆ ਗਈ ਰਿਲੇਸ਼ਨ ਦੇ ਦਿਓ ਕੋਲੀਨੀਆ ਦਾ ਕੋਇੰਸੀਡੈਂਟ ਦਾ ਇਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਤੁਸੀਂ ਅਲੱਗ ਅਲੱਗ ਵੀ ਸਕੈਚ ਬਣਾਉਣੇ ਆ ਇੱਕ ਸਕੈਚ ਦੇ ਵਿੱਚ ਜਾ ਕੇ ਵੀ ਕਿਉਂਕਿ ਸਿਲੈਕਟ ਅਲੱਗ ਅਲੱਗ ਹੀ ਹੁੰਦੀ ਹੈ ਜੁੜੀਆਂ ਨਹੀਂ ਹੋਈਆਂ ਨਾ ਆਪਸ 'ਚ ਇਸ ਕਰਕੇ ਇੱਕ ਅਲੱਗ ਅਲੱਗ ਹੀ ਹੋਣੀ ਸੀ ਜਦੋਂ ਆਪਾਂ ਯੂਜ ਕਮਾਂਡ ਕਰ ਰਹੇ ਸੀ ਉਹ ਅਲੱਗ ਅਲੱਗ ਸੀਗੀ ਉਦੋਂ ਅਸੀਂ ਦੁਖੀ ਹੋ ਰਹੇ ਸੀ ਇਸ ਕਰਕੇ ਮੈਂ ਉਹ ਇਕੱਠੀਆਂ ਬਣਾਤੀਆਂ ਵੀ ਦੁਖੀ ਨਹੀਂ ਹੈ ਉਹ ਕਦੇ ਕਦੇ ਸਭ ਵੀ ਦੁਖੀ ਹੈ ਵੀ ਅਲੱਗ ਅਲੱਗ ਹੋ ਗਈ ਨਹੀਂ ਤਾਂ ਉਹ ਤਿੰਨੋਂ ਇਕੱਠੀਆਂ ਸਿਲੈਕਟ ਹੋਣੀਆਂ ਚਾਹੀਦੀਆਂ ਇਹ ਸੀਗੀ ਬਾਉਂਡਰੀ ਬਲੈਂਡ ਅਤੇ ਵੇਰੀਏਬਲ ਸੈਟ।